जिस तरह आजकल की नई पीढ़ी के नौजवान अपने बुजुर्गों की सेवा करने की बजाय उन्हें आश्रम छोड़कर आ जाते हैं, उन नौजवानों को माँ बाप की सेवा की प्रेरणा देने के लिए लुधियाना में एक एनजीओ द्वारा पहल की गई है। जो बहुएं अपने सास ससुर की सेवा करती हैं, उनको शाबाशी देने के लिए कॉम्पिटिशन करवाया जा रहा है। इसमें जो बहू जीतेगी उसको बेस्ट बहू के अवार्ड से नवाजा जाएगा। ਵੱਡਿਆਂ ਦਾ ਸਤਿਕਾਰ ਕਰੋ ਸੰਸਥਾ ਜਿਹਦਾ ਮੈਂ ਚੇਅਰਪਰਸਨ ਹਾਂ ਅੱਜ ਉਸ ਦੀ ਇੱਕ 28 ਅਪ੍ਰੈਲ ਨੂੰ ਜਿਹੜਾ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਦੇ ਵਿੱਚ 51 ਆਦਰਸ਼ ਬਹੂਆਂ ਅਤੇ ਸਾਰਿਆਂ ਨੂੰ ਪੁੱਤਰਾਂ ਦੀ ਚੋਣ ਕਰਨੀ ਹੈ ਉਸੇ ਲੜੀ ਤਹਿਤ ਅੱਜ ਕੁਝ ਪਰਿਵਾਰਾਂ ਨੂੰ ਇੱਥੇ ਗੱਲਬਾਤ ਕਰਨ ਲਈ ਬੁਲਾਇਆ ਗਿਆ ਸੀ ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਮੈਂ ਸਮਝਦਾ ਅੱਜ ਵੀ ਜਿਹੜਾ ਪੰਜਾਬ ਹੈ ਦੀ ਧਰਤੀ ਦੇ ਉੱਪਰ ਆਦਰਸ਼ ਬਹੂਆਂ ਅਤੇ ਸਰਵਣ ਪੁੱਤਰ ਜਿੰਦਾ ਨੇ ਵੱਡਿਆਂ ਦਾ ਸਤਿਕਾਰ ਇੱਕ ਸਾਡੀ ਪੰਜਾਬ ਦੀ ਸੰਸਥਾ ਬਣੀ ਹੋਈ ਹੈ ਜੀ ਮੈਂ ਵੀ ਇਸ ਦੇ ਵਿੱਚ ਇੱਕ ਮੁੱਖ ਮੈਂਬਰ ਹਾਂ ਜੀ ਇਹਨਾਂ ਦੀ ਬਣੀ ਹੋਈ ਅਸੀਂ ਇੱਥੇ ਇਹ ਘਰ ਘਰ ਜਾ ਕੇ ਡੋਰ ਡੋਰ ਟੂ ਡੋਰ ਕਨਫਰਮ ਕਰ ਰਹੇ ਹਾਂ ਜਿਹੜੀਆਂ ਬਹੂਆਂ ਆਪਣੇ ਮਾਂ ਪਿਓ ਦੀਆਂ ਸੱਸ ਸਹੁਰੇ ਦੀ ਸੇਵਾ ਕਰਦੀਆਂ ਨੇ ਸੇਵਾ ਮਤਲਬ ਕਿ ਆਪਣੇ ਮਾਂ ਪਿਓ ਸਮਝਦੀਆਂ ਨੇਗੀਆਂ ਸੱਸ ਸਹੁਰੇ ਨੂੰ ਅਤੇ ਇੱਕ ਸ਼ਰਵਣ ਪੁੱਤਰ ਅਸੀਂ ਉਹ ਲੱਭ ਰਹੇ ਹਾਂਗੇ ਵੀ ਜਿਹੜੇ ਰੀਅਲ ਰੀਅਲ ਹੋਣ ਜਿਹੜੇ ਕਿ ਵਾਕਈ ਹੀ ਆਪਣੇ ਮਾਂ ਪਿਓ ਦੀ ਸੇਵਾ ਕਰਦੇ ਹੋਣ ਅਸੀਂ ਅੱਜ ਦਾ ਮਾਹੌਲ ਜੋ ਹੈਗਾ ਦੇਖ ਰਹੇ ਹਾਂਗੇ ਕਿ ਬੱਚੇ ਆਪਣੇ ਮਾਂ ਪਿਓ ਨੂੰ ਘਰੋਂ ਕੱਢ ਰਹੇ ਨੇਗੇ ਕਿ ਸਿਰਫ ਕਿ ਇਸ ਵਾਸਤੇ ਪ੍ਰੋਪਰਟੀਆਂ ਵਾਸਤੇ ਉਹਨਾਂ ਵਾਸਤੇ ਅਸੀਂ ਜੀ ਪਹਿਲਾਂ ਤਾਂ ਦੇਖਾਂਗੇ ਜੀ ਉਹ ਉਸ ਦੇ ਲਾਇਕ ਹੈ ਵੀ ਕਿ ਨਹੀਂ ਹੈ ਕਿ ਉਹ 10 ਸਾਲ ਤੱਕ ਆਪਣੇ ਮਾਂ ਪਿਓ ਦੀ 10 ਸਾਲ ਤੋਂ ਸੇਵਾ ਕਰਦੀਆਂ ਆ ਰਹੀਆਂ ਨੇ ਉਹੀ ਬਹੂਆਂ ਨੂੰ ਅਸੀਂ ਅਵਾਰਡ ਦੇਵਾਂਗੇ ਜੀ।